ਪੰਜਾਬ ਦੇ ਵਿੱਚ ਗਰੀਬਾਂ ਨੂੰ ਵੰਡੇ ਜਾਣ ਵਾਲੇ ਅਨਾਜ ਬਦਲੇ ਡਿਪੂ ਹੋਲਡਰਾਂ ਨੂੰ ਕੋਈ ਤਨਖਾਹ ਜਾਂ ਮਾਣ ਭੱਤਾ ਨਹੀਂ ਮਿਲ ਰਿਹਾ ਹੈ, ਜਿਸ ਦੇ ਚੱਲਦੇ ਡਿਪੂ ਹੋਲਡਰਾਂ ਵੱਲੋਂ ਸੰਗਰੂਰ ਦੇ ਵਿੱਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਵੀ ਕੀਤਾ ਗਿਆ ਹੈ। ਉਹਨਾਂ ਅਗਲੇ ਮਹੀਨੇ ਮੋਹਾਲੀ ਦੇ ਵਿੱਚ ਹੱਲਾ ਬੋਲਣ ਦੀ ਚੇਤਾਵਨੀ ਵੀ ਦਿੱਤੀ ਹੈ। ਸਰਕਾਰ ਦੀਆਂ ਗਰੀਬ ਭਲਾਈ ਸਕੀਮਾਂ ਦੇ ਵਿੱਚ ਸਸਤਾ ਰਾਸ਼ਨ ਵੰਡਣ ਵਾਲੇ ਡਿਪੂ ਹੋਲਡਰਾਂ ਦਾ ਖਾਸ ਯੋਗਦਾਨ ਹੁੰਦਾ ਹੈ, ਪਰ ਪੰਜਾਬ ਸਰਕਾਰ ਦੇ ਡਿਪੂ ਹੋਲਡਰਾਂ ਨੂੰ ਲੱਖਾਂ ਭਰੋਸੇ ਦੇਣ ਦੇ ਬਾਵਜੂਦ ਸਸਤਾ ਅਨਾਜ ਵੰਡਣ ਦੇ ਏਵਜ਼ ਦੇ ਵਿੱਚ ਨਾ ਤਾਂ ਡਿਪੂ ਹੋਲਡਰਾਂ ਨੂੰ ਕੋਈ ਸਰਕਾਰ ਨੇ ਫਿਕਸ ਭੱਤਾ ਦੇਣਾ ਸ਼ੁਰੂ ਕੀਤਾ ਹੈ, ਨਾ ਹੀ ਕੋਈ ਕਮਿਸ਼ਨ। ਇਸ ਦੇ ਚੱਲਦੇ ਹੁਣ ਡਿਪੂ ਹੋਲਡਰਾਂ ਨੇ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸੰਘਰਸ਼ ਦੀ ਇਸ ਕੜੀ ਦੇ ਵਿੱਚ ਅੱਜ ਜ਼ਿਲ੍ਹਾ ਸੰਗਰੂਰ ਦੇ ਡਿਪੂ ਹੋਲਡਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਅ ਕੀਤਾ ਹੈ। ਉਹਨਾਂ ਨੇ ਜ਼ੋਰਦਾਰ ਮੁਜ਼ਾਹਰਾ ਕੀਤਾ ਹੈ। ਹਾਲਾਂਕਿ ਪੁਲਿਸ ਵੱਲੋਂ ਢੀਂਡਸਾ ਦੀ ਕੋਠੀ ਤੋਂ ਕੁਝ ਕਦਮਾਂ ਦੀ ਦੂਰੀ ਤੇ ਪਟਿਆਲਾ ਧੂਰੀ ਬਾਈਪਾਸ ਉੱਤੇ ਹੀ ਡਿਪੂ ਹੋਲਡਰਾਂ ਨੂੰ ਰੋਕ ਲਿਆ ਗਿਆ। ਵੱਖ ਵੱਖ ਸਕੀਮਾਂ ਜਿਵੇਂ BPL ਅਨਤੋਦਯ ਆਟਾ ਦਾਲ ਸਕੀਮ 7, ਫੂਡ ਸਕਿਉਰਟੀ ਐਕਟ 2013 ਦੇ ਤਹਿਤ ਜਿਹੜੀ ਅਸੀਂ ਪਿਛਲੇ 14-15 ਸਾਲਾਂ ਤੋਂ ਕਣਕ ਵੰਡਦੇ ਆ ਰਹੇ ਹਾਂ, ਪਰ ਉਹਦਾ ਜਿਹੜਾ ਕਮਿਸ਼ਨ ਆ, ਦੁਕਾਨ ਦਾ ਕਿਰਾਇਆ, ਬਿਜਲੀ ਦਾ ਬਿੱਲ, ਹੈਲਪਰ ਦੀ ਦਿਹਾੜੀ, ਸਟੇਸ਼ਨਰੀ ਦਾ ਖਰਚਾ ਅਤੇ ਜਿਹੜੇ ਸਾਡੇ ਹੋਰ ਨਿਤੇ ਖਰਚੇ ਨੇ ਪੰਜਾਬ ਸਰਕਾਰ ਵੱਲੋਂ ਸਾਨੂੰ ਨਹੀਂ ਦਿੱਤੇ ਜਾ ਰਹੇ, ਜਿਹਦੇ ਸੰਬੰਧ ਵਿੱਚ ਅਸੀਂ ਪਿਛਲੇ ਸਮੇਂ ਦੇ ਕਾਫੀ ਸਾਲਾਂ ਤੋਂ ਜਿਹੜਾ ਹੈਗਾ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਸਾਨੂੰ ਜਿਹੜੇ ਸਾਡੇ ਖਰਚੇ ਨੇ ਉਹ ਦਿੱਤੇ ਜਾਣ, ਪਰ ਪੰਜਾਬ ਸਰਕਾਰ ਵੱਲੋਂ ਪਿਛਲੇ 9 ਸਾਲਾਂ ਤੋਂ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ ਜਾ ਰਿਹਾ। ਇਸ ਕਰਕੇ ਅੱਜ ਦਾ ਜਿਹੜਾ ਧਰਨਾ ਸਾਨੂੰ ਅਸੀਂ ਸੰਗਰੂਰ ਵਿਖੇ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤਾਂ ਕਿ ਪੰਜਾਬ ਸਰਕਾਰ ਆ ਜਿਹੜੀਆਂ ਸਾਡੀਆਂ ਮੰਗਾਂ ਵੱਲ ਗੌਰ ਕਰੇ। ਇਸ ਮੌਕੇ ਡਿਪੂ ਹੋਲਡਰਾਂ ਨੇ ਸਰਕਾਰ ਉੱਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਹੈ ਕਿ ਸਰਕਾਰ ਦੇ ਕਹਿਣ ਮੁਤਾਬਿਕ ਪਿਛਲੇ ਕਈ ਸਾਲਾਂ ਤੋਂ ਉਹ ਗਰੀਬਾਂ ਨੂੰ ਰਾਸ਼ਨ ਵੰਡ ਰਹੇ ਨੇ, ਪਰ ਸਰਕਾਰ ਨੇ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਕੁਝ ਨਹੀਂ ਸੋਚਿਆ। ਨਾ ਉਹਨਾਂ ਨੂੰ ਮਿਹਨਤਾਂ ਨਾ ਮਿਲਿਆ ਹੈ, ਨਾ ਹੀ ਕੋਈ ਕਮਿਸ਼ਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਹੁਣ ਵੀ ਕੁਝ ਨਾ ਕੀਤਾ ਤਾਂ ਅਗਲੇ ਮਹੀਨੇ ਮੋਹਾਲੀ ਵਿੱਚ ਉਹ ਸਰਕਾਰ ਖਿਲਾਫ਼ ਇਸ ਤੋਂ ਵੀ ਵੱਡਾ ਸੰਘਰਸ਼ ਵਿੱਢਣਗੇ। ਪੰਜਾਬ ਸਰਕਾਰ ਨੇ ਸਾਡੇ ਨਾਲ ਪਿਛਲੇ ਸਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ 25 ਰੁਪਏ ਕਮਿਸ਼ਨ ਦੇਵਾਂਗੇ, ਪਰ ਅਸੀਂ ਕਈ ਵਾਰ ਉਹਨਾਂ ਨੂੰ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਨੂੰ ਮਿਲੇ ਹਾਂ, ਅਧਿਕਾਰੀਆਂ ਨੂੰ ਮਿਲੇ ਹਾਂ, ਵਾਅਦਾ ਜ਼ਰੂਰ ਕਰ ਲੈਂਦੇ, ਪੈਸਾ ਸਾਨੂੰ ਇੱਕ ਨਹੀਂ ਉਹਨਾਂ ਨੇ ਹਾਲੇ ਪਾਇਆ। ਉਹਦੇ ਵਾਸਤੇ ਅਸੀਂ ਸੰਘਰਸ਼ ਜਿਹੜਾ ਅੱਜ ਸਾਡੇ ਸੁਖਵਿੰਦਰ ਸਿੰਘ ਕਾਂਝਲਾ ਸੰਗਰੂਰ ਤੋਂ ਸ਼ੁਰੂ ਕਰਤਾ ਜੀ, ਇਹ ਸੰਘਰਸ਼ ਜਿਹੜਾ ਬੜੀ ਤੇਜ਼ੀ ਦੇ ਨਾਲ ਇਹ ਚੱਲੇਗਾ। ਹਰ ਜ਼ਿਲ੍ਹੇ ਦੇ ਵਿੱਚ ਇੱਧੇ ਸਰਕਾਰ ਦਾ ਚਪੇਟ ਛਾਪਾ ਕਰਾਂਗੇ। 4 ਅਪ੍ਰੈਲ ਨੂੰ ਅਸੀਂ ਮੋਹਾਲੀ ਦੇ ਵਿੱਚ ਜਿਹੜਾ ਅਨਾਜ ਭਵਨੀ ਨਹੀਂ ਬਣਾਇਆ, ਉੱਥੇ ਸਾਰੇ ਅਫਸਰ ਬੈਠੇ ਇਹਨਾਂ ਦੇ, ਉੱਥੇ ਸਾਰੇ ਪੰਜਾਬ ਲੈਵਲ ਦਾ ਧਰਨਾ ਅਸੀਂ ਦੇਣ ਲੱਗੇ ਹਾਂ। ਉਹ ਆਉਣ ਮਿੱਥੇ ਸਮੇਂ ਵਾਸਤੇ ਹੋਗਾ, ਜਦ ਤੱਕ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਉਦੋਂ ਤੱਕ ਅਸੀਂ ਉਹ ਧਰਨਾ ਨਹੀਂ ਚੱਕਾਂਗੇ। ਫਿਲਹਾਲ ਸਰਕਾਰ ਖਿਲਾਫ਼ ਵੱਖੋ ਵੱਖ ਜਥੇਬੰਦੀਆਂ ਦੇ ਵਿੱਚ ਰੋਸ ਪੈਦਾ ਹੋ ਰਿਹਾ ਹੈ। ਵੇਖਣਾ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਉੱਠ ਰਹੇ ਇਸ ਸੰਘਰਸ਼ ਨੂੰ ਕਿਵੇਂ ਖਤਮ ਕਰਦੀ ਹੈ। ਸੰਗਰੂਰ ਤੋਂ ਨਵਲ ਗਰਗ ਦੀ ਰਿਪੋਰਟ, ਗਲੋਬਲ ਪੰਜਾਬ TV ਲਈ।